ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਵੇਲੇ ਆਪਾਂ ਧਾਰਮਿਕ ਸਥਾਨ ਪ੍ਰਸਿੱਧ ਸਥਾਨ ਗੁਰਦੁਆਰਾ ਭਾਈ ਬਾਲਾ ਸਾਹਿਬ ਵਿਖੇ ਖਲੋਤੇ ਹਾਂ ਅਤੇ ਇੱਥੋਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇੱਥੋਂ ਦੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸਰਦਾਰ ਰਣਧੀਰ ਸਿੰਘ ਧੀਰਾ ਜੀ ਅਤੇ ਇੱਥੋਂ ਦੇ ਹੈੱਡ ਗ੍ਰੰਥੀ ਸਾਹਿਬਾਨ, ਹੋਰ ਪਿੰਡ ਦੇ ਮੋਹਤਵਾਰ ਸੱਜਣ ਖੜ੍ਹੇ ਹੈ। ਤੋ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਵੀ ਅਸੀਂ ਸਾਰੇ ਪਿੰਡਾਂ ਦੇ ਵਿੱਚ ਜਾ ਕੇ ਇਕੱਲੇ ਇਕੱਲੇ ਗੁਰੂ ਘਰ ਦੇ ਵਿੱਚ ਪੂਰਾ ਸਿਕਿਉਰਿਟੀ ਚੈੱਕ ਕਰ ਰਹੇ ਹਾਂ ਅਤੇ ਇਹਨਾਂ ਨੇ ਸਾਡੇ ਨਾਲ ਪੂਰੀ ਸਹਿਮਤੀ ਦਿਖਾਈ ਅਤੇ ਸਾਰਾ ਪ੍ਰਬੰਧ ਅਸੀਂ ਵੇਖਿਆ। ਇੱਥੇ ਪ੍ਰੋਪਰ ਇੱਥੇ ਜਿੰਦੇ ਕੁੰਡੇ ਲੱਗੇ ਹੋਏ ਆ, ਲੋਹੇ ਦੇ ਬਕਾਇਦਾ ਗੇਟ ਲੱਗੇ ਹੋਏ ਆ ਅਤੇ ਦਿਨੇ 10 ਵਜੇ ਇਹ ਗੁਰੂ ਸਾਹਿਬ ਬਿਰਾਜਮਾਨ ਕਰ ਦਿੰਦੇ ਅਤੇ ਸ਼ਾਮ ਨੂੰ 4 ਵਜੇ ਫਿਰ ਇਹ ਜਿੰਦਾ ਖੋਲ੍ਹਦੇ ਆ ਅਤੇ ਪੂਰਾ ਸਖ਼ਤ ਪਹਿਰਾ ਰੱਖਦੇ ਆ। ਜੇ ਕੋਈ ਦਿਨੇ ਉੱਦਾਂ ਮੱਥਾ ਟੇਕਣ ਆ ਜਾਂਦਾ ਕੋਈ ਪ੍ਰਸ਼ਾਦ ਲੈ ਕੇ ਜਾਂ ਕੋਈ ਦੇਗ ਲੈ ਕੇ, ਫਿਰ ਗ੍ਰੰਥੀ ਸਿੰਘ ਆਪ ਉੱਠ ਕੇ ਆਉਂਦੇ ਆ ਅਤੇ ਲੋਹੇ ਦਾ ਗੇਟ ਖੋਲ੍ਹਦੇ ਆ ਅਤੇ ਉਹਨਾਂ ਨੂੰ ਫਿਰ ਦਰਸ਼ਨ ਕਰਾ ਕੇ ਅਰਦਾਸ ਬੇਨਤੀ ਕਰਕੇ ਫਿਰ ਵਾਪਸ ਜਾਂਦੇ ਆ। ਤੋ ਬਹੁਤ ਧੰਨਵਾਦ ਤੁਹਾਡਾ ਵੀ ਤੁਸੀਂ ਪੂਰਾ ਸਹਿਯੋਗ ਕਰ ਰਹੇ ਹੋ ਅਤੇ ਆਪਣਾ ਪੂਰਾ ਫਰਜ਼ ਹੈ ਪ੍ਰਧਾਨ ਸਾਹਿਬ ਵੀ ਬਿਲਕੁਲ ਅਤੇ ਪੂਰਾ ਆਪਾਂ ਮਾਲਕ ਦੀ ਕਿਰਪਾ ਨਾਲ ਪਹਿਰਾ ਦੇਣਾ ਆ ਕਿਉਂਕਿ ਹੁਣ ਇਸ ਪੰਥ ਦੇ ਵਿੱਚ ਐਸੇ ਕਈ ਦਰਿੰਦੇ ਸ਼ੈਤਾਨ ਬਿਰਤੀਆਂ ਵਾਲੇ ਲੋਕ ਹੈ ਜਿਹੜੇ ਭੇਖ ਸਿੱਖੀ ਦਾ ਬਣਾ ਕੇ ਅਤੇ ਬੇਅਦਬੀਆਂ ਕਰ ਰਹੇ ਹੈ, ਗੁਰੂ ਸਾਹਿਬਾਂ ਦੀਆਂ ਬੇਅਦਬੀਆਂ ਕਰ ਰਹੇ ਆ। ਪੰਜਾਬ ਅਤੇ ਪੰਜਾਬੀਅਤ ਦੀ ਹੋਂਦ ਨੂੰ ਵੱਡਾ ਖਤਰਾ ਬਣਿਆ ਹੋਇਆ ਇਸ ਵੇਲੇ। ਤੋ ਆਪਾਂ ਰਲ ਕੇ ਸਾਰੇ ਅਮੈਰੀਕਾ ਤੋਂ ਪੰਥਕ ਇਕੱਤਰਤਾ ਹੋਣੀ ਹੈ 18 ਜੁਲਾਈ ਤੋਂ, ਗੁਰਦੁਆਰਾ ਫ੍ਰਿਜ਼ਨੋ ਹੈ ਕੈਲੀਫੋਰਨੀਆ ਵਿੱਚ, ਉੱਥੇ ਸਾਰੇ ਇਕੱਠੇ ਹੋ ਰਹੇ ਆ ਅਤੇ ਉਹਨਾਂ ਨੇ ਵੀ ਦਾਸ ਦੀ ਡਿਊਟੀ ਲਾਈ ਹੈ ਸਪੈਸ਼ਲ ਵੀ ਤੁਸੀਂ ਮੋਗੇ ਜ਼ਿਲ੍ਹੇ ਦੇ ਵਿੱਚ ਜਿੰਨੇ ਗੁਰੂ ਘਰ ਹੈ ਤੁਸੀਂ ਇਕੱਲਾ ਇਕੱਲਾ ਸਥਾਨ ਜਾ ਕੇ ਬਿਲਕੁਲ ਸ਼ਾਬਾਸ਼, ਮਾਲਕ ਚੜ੍ਹਦੀ ਕਲਾ ਰੱਖੇ ਕਦੇ ਵੀ ਇਹੋ ਜਿਹਾ ਮਾਲਕ ਨੂੰ ਪਤਾ। ਹਾਂ, ਅਣਸੁਖਾਵੀ ਘਟਨਾ ਬਿਲਕੁਲ ਅਣਸੁਖਾਵੀ ਘਟਨਾ ਹੋਵੇ ਹੀ ਨਾ, ਮਾਲਕ ਆਪਣੇ ਤੇ ਸਿਰ ਤੇ ਹੱਥ ਰੱਖ ਕੇ, ਕਿਉਂਕਿ ਜਿਸ ਨਗਰ ਜਿਸ ਗੁਰੂ ਘਰ ਚ ਬੇਅਦਬੀ ਹੁੰਦੀ ਹੈ ਨਾ ਫਿਰ ਉਹ ਸਾਰਾ ਨਗਰ ਹੀ ਕਲੰਕਿਤ ਹੋ ਜਾਂਦਾ ਹੈ। ਅਗਲੇ ਲੋਕੀ ਫਿਰ ਕਹਿੰਦੇ ਆ ਵੀ ਤੁਸੀਂ ਮਰੇ ਵੇ ਸੀ, ਠੀਕ ਹੈ ਤੁਹਾਡੇ ਤੋਂ ਸਜ਼ਾ ਨੀ ਦਿੱਤੀ ਗਈ, ਸੋਧਿਆ ਨੀ ਗਿਆ ਬੰਦਾ, ਫਿਰ ਇਹ ਗੱਲਾਂ ਸੁਣਨ ਚ ਆਉਂਦੀ। ਇਸ ਕਰਕੇ ਪਹਿਲਾਂ ਆਪਾਂ ਮੌਕਾ ਹੀ ਨੀ ਦੇਣਾ ਸਾਨੂੰ ਤਾਂ ਜੀ ਮਹੀਨਾ ਕੋਇਆ ਆਇਆ ਨੂੰ ਜਿਹੜੇ ਹੁਣ ਜਿਹੜੇ ਨਵੀਂ ਕਮੇਟੀ ਹੁਣ ਬਣੀ ਹੈ ਉਹਦੇ ਅਸੀਂ ਉਹਦੇ ਜਿੰਦੇ ਮੈਂ ਸਾਰਿਆਂ ਦੇ ਰੋਜ਼ ਅੰਦਰ ਵੀ ਬਾਹਰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।